ਪ੍ਰੋ 56 ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਬਾਬਾ ਸਦੀਕੀ ਕਤਲकांड ਦੇ ਵਿੱਚ ਚੌਥਾ ਮੁਲਜ਼ਮ ਜਿਹੜਾ ਉਸ ਦੀ ਵੀ ਪਛਾਣ ਹੋ ਗਈ ਹੈ ਤੇ ਚੌਥੇ ਮੁਲਜ਼ਮ ਦੀ ਪਛਾਣ ਹੋਈ ਹੈ ਜਿਸ਼ਾਨ ਅਖਤਰ ਦੇ ਵੱਲੋਂ ਦਾ ਦੱਸਦੀ ਹੈ ਕਿ ਇਹ ਜਿਸ਼ਾਨ ਜੋ ਕਿ ਰਹਿਣ ਵਾਲਾ ਪੰਜਾਬ ਦਾ ਨਕੋਦਰ ਜ਼ਿਲ੍ਹੇ ਦੇ ਸ਼ੰਕਰ ਪਿੰਡ ਦਾ ਜੀ ਆਂ ਦਾਦੇ ਕਿ ਨਕੋਦਰ ਜ਼ਿਲ੍ਹੇ ਦੇ ਸ਼ੰਕਰ ਪਿੰਡ ਦਾ ਰਹਿਣ ਵਾਲਾ ਹੈ ਜਿਸ਼ਾਨ ਅਖਤਰ ਜਿਸ ਦੇ ਉੱਪਰ ਪਹਿਲਾਂ ਵੀ 9-10 ਵਾਰ ਦਾਤਾਂ ਦੇ ਨਾਂ ਤੇ ਦੱਸਦੇ ਕਿ ਪਰਚੇ ਦਰਜ ਕੀਤੇ ਗਏ ਨੇ ਜਲੰਧਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਸੀ ਇਸ ਨੂੰ ਕਤਲ ਦੇ ਮਾਮਲੇ ਦੇ ਵਿੱਚ ਕਤਲ ਦੇ ਮਾਮਲੇ ਵਿੱਚ ਜਸ਼ਾਨ ਅਖਤਰ ਦੀ ਗ੍ਰਿਫਤਾਰੀ ਵੀ ਹੁੰਦੀ ਹੈ ਹਾਲਾਂਕਿ ਕਿਹਾ ਜਾਂਦਾ ਹੈ ਕਿ ਜੂਨ ਮਹੀਨੇ ਦੇ ਵਿੱਚ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ ਜੂਨ ਮਹੀਨੇ ਦੇ ਵਿੱਚ ਜਿਹੜਾ ਜ਼ਮਾਨਤ ਤੇ ਬਾਹਰ ਆਇਆ ਤੇ ਜਿਸ ਤੋਂ ਬਾਅਦ ਲਗਾਤਾਰ ਬਾਬਾ ਸਦੀਕੀ ਦੇ ਕਤਲ ਕਾਂ ਨੂੰ ਰਚਣ ਦੀਆਂ ਸਾਜ਼ਿਸ਼ਾਂ ਸ਼ੁਰੂ ਕਰ ਦਿੰਦਾ ਤੋਂਦਾ ਦੇ ਕਿ ਤਿੰਨ ਸ਼ੂਟਰ ਜਿਹੜੇ ਆ ਗ੍ਰਿਫਤਾਰ ਕਰ ਲਏ ਗਏ ਸੀ ਔਰ ਉਸ ਤੋਂ ਬਾਅਦ ਜਿਹੜਾ ਬਾਕੀ ਰਹਿ ਗਏ ਜਿਨ੍ਹਾਂ ਨੇ ਲੋਜਿਸਟਿਕ ਸਪੋਰਟ ਜਿਹੜੀ ਹੈ ਦਿੱਤੀ ਚਾਇਓ ਰੂਮ ਬੁੱਕਰ ਵਾਕੇ ਦਿੱਤਾ ਹੋਵੇ ਜਾਂ ਫਿਰ ਰੈਕੀ ਕਰਵਾਈ ਹੋਵੇ ਤਾਂ ਜੀਸ਼ਾਨ ਅਖਤਰ ਜਿਹੜਾ ਹੈ ਉਹਨਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਲੌਜਿਸਟਿਕ ਸਪੋਰਟ ਜਿਹੜੀ ਆ ਸ਼ੂਟਰਾਂ ਨੂੰ ਮੁਹੱਈਆ ਕਰਵਾਈ ਜਿਵੇਂ ਰੂਮ ਜਿਹੜੇ ਆ ਇਸ ਨੇ ਕਰਵਾ ਕੇ ਦਿੱਤੇ ਜਿੱਥੇ ਰਹਿਣਾ ਸੀ ਪਨਾਹ ਇਸ ਨੇ ਕਰਵਾ ਕੇ ਦਿੱਤੀ ਦੂਜੇ ਪਾਸੇ ਇਸ ਨੇ ਨਕਸ਼ਾ ਜਿਹੜਾ ਉਹ ਦਿਖਾਇਆ ਕਿ ਕਿੱਥੇ ਜਾਣਾ ਕਿਹੜੀ ਗਲੀ ਦੇ ਵਿੱਚ ਜਾਣਾ ਪੂਰੀ ਰੈਕੀ ਜਿਹੜੀ ਆ ਇਸ ਨੇ ਕਰਾਈ ਜਾਨੀ ਕਿ ਪੂਰੀ ਘਟਨਾ ਦਾ ਮਾਸਟਰ ਮਾਈਂਡ ਜਿਹੜੇ 1 2 ਹੋਣਗੇ ਉਹਨਾਂ ਦੇ ਵਿੱਚੋਂ ਇੱਕ ਜੀਸ਼ਾਨ ਅਖਤਰ ਸੀ ਜੋ ਕਿ ਪੰਜਾਬ ਦੇ ਨਕੋਦਰ ਜ਼ਿਲ੍ਹੇ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਸ਼ੰਕਰਪਿੰਡ ਕਬੱਡੀ ਪਲੇਅਰਾਂ ਦੇ ਲਈ ਮਸ਼ਹੂਰ ਪਿੰਡ ਹੈ ਤਾ ਦੱਸਦੇ ਕਿ ਸ਼ੰਕਰਪਿੰਡ ਜਿੱਥੋਂ ਦੇ ਜੱਸ ਦੀ ਹੈ ਕਿ ਕੇਐਸ ਮੱਖਣ ਵੀ ਆਉਂਦੇ ਆ ਹਾਲਾਂਕਿ ਲਗਾਤਾਰ ਜੀਸ਼ਾ ਨਖਤਰ ਦੇ ਉੱਪਰ ਜਿਹੜਾ ਨਾਜ਼ਰ ਪੁਲਿਸ ਨੇ ਬਣਾਈ ਹੋਈ ਸੀ ਕਿਉਂਕਿ ਲੌਰੈਂਸ ਦੇ ਖਾਸ ਬੰਦਿਆਂ ਦੇ ਵਿੱਚ ਇੱਕ ਹੈ ਲੌਰੈਂਸ ਦੇ ਖਾਸ ਗੁਰਗਿਆਂ ਦੇ ਵਿੱਚ ਇੱਕ ਹੈ ਜੀ ਸ਼ਾਨ ਅਕਤਰ ਜੀ ਸ਼ਾਨ ਨੇ ਲੌਰੈਂਸ ਦੇ ਲਈ ਲੌਰੈਂਸ ਦੀ ਗੁੱਡ ਬਾਕਸ ਦੇ ਵਿੱਚ ਆਉਣ ਦੇ ਲਈ ਲਗਾਤਾਰ ਇੱਕ ਤੋਂ ਬਾਅਦ ਇੱਕ ਵਾਰਦਾਤਾ ਨੂੰ ਅੰਜਾਮ ਦਿੱਤਾ ਤੇ ਲਗਾਤਾਰ 9 ਹੁਣ ਤੱਕ ਇਹ ਵਾਰਦਾਤਾ ਕਰ ਚੁੱਕਿਆ ਹੈ ਲੌਰੈਂਸ ਦੀ ਗੁੱਡ ਬਾਕਸ ਦੇ ਵਿੱਚ ਆਉਣ ਦੇ ਲਈ ਤਾਂ ਦੇਖ ਸਕਦੇ ਹੋ ਉਸ ਦੀ ਮਹਿਜ ਇਸ ਦੀ ਉਮਰ ਤੋਂ ਹੰਦਸ ਦੇਣ ਇਸ ਦੀ ਉਮਰ ਵੀ ਬਿਲਕੁਲ ਛੋਟੀ ਹੈਗੀ ਮਹਿਜ 21 ਸਾਲਾਂ ਦਾ ਇਹ ਹੈਗਾਗਾ ਪਰ ਜੀ ਸ਼ਾਨ ਅਖਤਰ ਨੇ ਤੁਹਾਨੂੰ ਯਾਦ ਹੋਊਗਾ ਇੱਕ ਕਤਲ ਵੀ ਕੀਤਾ ਜਦੋਂ ਤਰਨ ਤਰਨ ਦੇ ਵਿੱਚ ਇੱਕ ਕਤਲ ਹੁੰਦਾ ਤਾਂ ਉਸ ਦੇ ਵਿੱਚ ਜੀ ਸ਼ਾਨ ਦਾ ਨਾਮ ਆਉਂਦਾ ਤਾਂ ਸਾਦੇ ਕਿ ਜੀ ਸ਼ਾਨ ਅਖਤਰ ਜੋ ਕਿ ਪੰਜਾਬ ਦਾ ਰਹਿਣ ਵਾਲਾ ਹੈ ਤਾਂ ਲਗਾਤਾਰ ਵਿਕਰਮ ਬਰਾੜ ਦੇ ਟੱਚ ਦੇ ਵਿੱਚ ਸੀ ਵਿਕਰਮ ਬਰਾੜ ਜੋ ਕਿ ਤੁਹਾਨੂੰ ਯਾਦ ਹੋਊਗਾ ਜਿਸ ਨੇ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ ਤੇ ਨਾਲ ਹੀ ਕਾਰਨ ਜੋਰ ਦੇ ਕੋਲੋਂ 5 ਕਰੋੜ ਰੁਪਏ ਵੀ ਜਿਹੜਾ ਫਰौती ਮੰਗੀ ਸੀ ਤੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਵੀ ਵਿਕਰਮ ਬਰਾੜ ਦਾ ਨਾਮ ਬੋਲਦਾ ਜਦੋਂ ਉਹ ਦੁਬਈ ਤੋਂ ਬੈਠ ਕੇ ਸ਼ੂਟਰਾਂ ਨੂੰ ਅਰੇਂਜ ਕਰਦਾ ਤਾਂ ਦੱਸਦੇ ਕਿ ਵਿਕਰਮ ਬਰਾੜ ਦੇ ਨਾਲ ਲਗਾਤਾਰ ਟੱਚ ਦੇ ਬਿਸਤੀ ਜੀਸ਼ਾਨ ਅਖਤਰ ਉਹ ਜੀਸ਼ਾਨ ਅਖਤਰ ਨੂੰ ਹੁਣ ਜਿਹੜਾ ਦੇਖ ਸਕਦੇ ਹੋ ਤੁਸੀਂ ਪੁਲਿਸ ਲੱਭ ਰਹੀ ਹੈ ਕਿਉਂਕਿ ਇਹ ਥੋੜੇ ਦਿਨ ਪਹਿਲਾਂ ਕਿਹਾ ਜਾਂਦਾ ਕਿ ਥੋੜੇ ਦਿਨ ਪਹਿਲਾਂ ਹੀ ਜਦੋਂ ਮੁੰਬਈ ਦੇ ਵੱਲ ਜਰੂਰਵਾਨਾ ਹੁੰਦਾ ਤਾਂ ਉਸ ਸਮੇਂ ਲਗਾਤਾਰ ਇਸ ਦੇ ਵੱਲੋਂ ਮੈਪ ਬਣਾਇਆ ਜਾਂਦਾ ਰੈਕੀ ਕਰਵਾਈ ਜਾਂਦੀ ਹੈ ਸ਼ੂਟਰਾਂ ਨੂੰ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਜਿਹੜੀ ਆ ਲਗਾਤਾਰ ਦੱਸਦੀ ਕਿ ਪੁਲਿਸ ਕਰਨ ਨੂੰ ਕਾਲੀ ਹੈ ਕਿਉਂਕਿ 2022 ਦੇ ਵਿੱਚ ਪਹਿਲਾਂ ਜਲੰਧਰ ਪੁਲਿਸ ਨੇ ਜਿਹੜਾ ਹੈ ਗੈਸ ਨੂੰ ਗ੍ਰਿਫਤਾਰ ਕੀਤਾ ਸੀ 2022 ਦੇ ਵਿੱਚ ਜਲੰਧਰ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਪਾਈ ਗਈ ਸੀ ਉਹ ਦੋਸਵਪਨ ਸ਼ਰਮਾ ਜਿਹੜੇ ਆ ਉਹ ਕਮਿਸ਼ਨਰ ਸੀ ਹਾਲਾਂਕਿ ਸੋਪਨ ਸ਼ਰਮਾ ਦੇ ਵੱਲੋਂ ਉਹਦਾ ਗ੍ਰਿਫਤਾਰੀ ਇਸ ਦੀ ਪਾਈ ਗਈ ਸੀ ਤੇ ਹੁਣ ਤੋਂ ਦੱਸਦੀ ਕਿ ਜੀ ਸ਼ਾਨ ਅਖਤਰ ਪਲੋਰੈਂਸ ਨੂੰ ਲਗਾਤਾਰ ਲੌਰੈਂਸ ਦੇ ਗੁੱਡ ਬਾਕਸ ਦੇ ਵਿੱਚ ਆਨਲੀ ਲਗਾਤਾਰ ਇਸ ਨੇ ਜਿਹੜਾ ਹੈਗਾ ਕੰਮ ਕੀਤਾ ਤੁਹਾਨੂੰ ਯਾਦ ਹੋਊਗਾ ਤਰਨ ਤਰਨ ਦੇ ਵਿੱਚ ਉਹ ਇੱਕ ਚਰਨਜੀਤ ਸਿੰਘ ਦੀ ਮੌਤ ਹੁੰਦੀ ਹੈ ਚਰਨਜੀਤ ਸਿੰਘ ਦੀ ਮੌਤ ਜਿਹੜੀ ਆ ਉਹ ਜੀ ਸ਼ਾਨ ਤੇ ਸੌਰਵ ਮਹਾਕਾਲ ਤੇ ਭੋਲਾ ਨਿਹੰਗ ਤੇ ਸੁੱਖੀ ਜੈਤੋਂ ਜਿਹੜੇ ਆ ਇਕੱਠੇ ਮਿਲ ਕੇ ਕਰਦੇ ਆ ਤਾਂ ਦੱਸ ਦੇ ਕਿ ਲਗਾਤਾਰ 7 ਗੋਲੀਆਂ ਮਾਰੀਆਂ ਗਈਆਂ ਸੀ ਚਾਹਲ ਪਿੰਡ ਸੀ ਜਦੋਂ ਸੁੱਖੀ ਤੇ ਮਹਾਕਾਲ ਨੇ 7 ਗੋਲੀਆਂ ਮਾਰ ਕੇ ਚਰਨਜੀਤ ਦੀ ਹਤਿਆ ਕਰਤੀ ਸੀ ਤੇ ਬਾਅਦ ਦੇ ਵਿੱਚ ਜਿਹੜਾ ਜੀ ਸ਼ਾਨ ਜਿਹੜਾ ਦੱਸ ਦੇ ਕਿ ਜੀ ਸ਼ਾਨ ਨੂੰ ਵੀ ਜਿਹੜਾ ਉਸ ਮਾਮਲੇ ਵਿੱਚ ਨਾਮਿਨੇਟ ਕੀਤਾ ਗਿਆ ਸੀ ਤੇ ਵਿਕਰਮ ਬਰਾੜ ਲਗਾਤਾਰ ਟੱਚ ਦੇ ਵਿੱਚ ਜੀ ਸ਼ਾਨ ਦੇ ਨਾਲ ਰਿਹਾ ਜਿਸ ਨੇ ਜੀ ਸ਼ਾਨ ਨੂੰ ਲਾਰੈਂਸ ਨਾਲ ਮਿਲਵਾਇਆ ਲਾਰੈਂਸ ਨਾਲ ਮੁਲਾਕਾਤ ਕਰਵਾਈ ਵਰਚੂਲੀ ਜਿਹੜਾ ਮੁਲਾਕਾਤ ਇਸ ਦੀ ਕਰਵਾਈ ਚਾਹੀਏ ਹੋਊ ਫੋਨਾਂ 'ਤੇ ਹੋਵੇ ਜਾਂ ਫਿਰ ਵੀਡੀਓ ਕਾਲਾਂ 'ਤੇ ਹੋਵੇ ਕਿਉਂਕਿ ਲਗਾਤਾਰ ਸੰਪਰਕ ਦੇ ਬੇਸੀਤਾ ਤੁਹਾਨੂੰ ਦੱਸ ਦੇ ਕਿ ਇਸ ਨੇ ਆਪਣੇ ਹੀ ਜਾਣਕਾਰ ਦੇ ਕੋਲੋਂ 30 ਲੱਖ ਰੁਪਇਆ ਮੰਗਿਆ ਸੀ ਨਕੋਦਰ ਦੇ ਵਿੱਚ ਇਸ ਨੇ ਫਰੋਤੀ ਮੰਗੀ ਸੀ 30 ਲੱਖ ਰੁਪਏ ਦੀ ਆਪਣੇ ਜਾਣਕਾਰ ਦੇ ਕੋਲੋਂ ਹੀ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਇਸ ਨੇ ਲੁੱਟਾਂ ਵੀ ਕੀਤੀਆਂ ਸੀ ਦੋ ਲੁੱਟਾਂ ਪੰਜਾਬ ਦੇ ਵਿੱਚ ਇਸ ਨੇ ਕੀਤੀਆਂ ਤਾਂ ਲਗਾਤਾਰ ਲੁੱਟਖੋਹ ਦੀਆਂ ਵਾਰਦਾਤਾਂ ਹੁਣ ਕਤਲ ਦੀਆਂ ਵਾਰਦਾਤਾਂ ਹੁਣ ਤਾਂ ਉਸ ਦੇ ਵਿੱਚ ਜੀ ਸ਼ਾਨ ਅਖਤਰ ਦਾ ਨਾਂ ਜਿਹੜਾ ਬੋਲਦਾ ਰਿਹਾ ਹੈ ਗਾਤਾ ਦਾਦੇ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਾਬਾ ਸਦੀਕੀ ਦਾ ਜਿੱਤੇ ਕਤਲ ਜਦੋਂ ਹੁੰਦਾ ਤਾਂ ਉਸ ਦੇ ਵਿੱਚ ਲੌਰੈਂਸ ਗਰੁੱਪ ਦੇ ਮੈਂਬਰਾਂ ਦੇ ਵੱਲੋਂ ਜਿਹੜਾ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਜਾਂਦੀ ਹੈਗੀ ਕਤਲ ਦੀ ਤੇ ਹੁਣ ਜੀ ਸ਼ਾਨ ਅਖਤਰ ਜਿਸ ਨੂੰ ਪੁਲਿਸ ਲੱਭ ਰਹੀ ਹੈ ਤੇ ਪੰਜਾਬ ਦਾ ਇਹ ਨਕੂਦਰ ਜ਼ਿਲ੍ਹੇ ਦਾ ਸ਼ੰਕਰਪਿੰਡ ਦਾ ਰਹਿਣ ਵਾਲਾ ਜੀ ਸ਼ਾਨ ਅਖਤਰ ਇਸ ਨੇ ਲੌਰੈਂਸ ਦੇ ਲੌਰੈਂਸ ਦੀ ਗੁੱਡ ਬਾਕਸ ਦੇ ਵਿੱਚ ਆਉਣ ਦੇ ਲਈ ਇਸ ਨੇ ਕਈ ਵਾਰ ਦਾ